उदों तक स्वागरात नहीं होनी जदों तक हनीमून ते नहीं लैके जाएगा। लैला दे नाल असीं मौजूद हैं, लैला कमाल कर रही है। सस्ते तो सस्ता जिथे पुलिस आ जाए। नहीं, मैं नैचुरली बहुत सोहनी है। लैला तो बहुत खर्चीली लग रही है, मतलब तुहाडे वर्गी वोटी जे किसी ने रखनी होवे तो मान लो बंदे का गया करोड़ एक साल का। इन्ना क्यों डर रहे हो? ब्याह तो पहला इन्होंने मैं रज के बेवकूफ बनाया और मेरे वर्गी कुड़ी नूं कि तुसी यार डेढ़ ते बंदा लैके गया घरों टिफिन तैयार करके जिदे विच दाल है, परौंठे है, रोटियां है, डेढ़ ते। ਦੇ ਤੁਸੀਂ ਸੈੱਟ ਕਿਵੇਂ ਹੋ ਜਾਂਦੇ ਹੋ ਇੱਕ ਕੰਜੂਸ ਤੇ? ਇੱਕ ਪਹਿਲਾਂ ਨਹੀਂ ਨਾ ਪਤਾ ਚੱਲਦਾ ਮੈਨੂੰ ਇਹ ਕੰਜੂਸ ਹੈ। ਕੰਜੂਸ ਮਜਨੂੰ ਖਰਚੀਲੀ ਲੈਲਾ, ਲੈਲਾ ਦੇ ਨਾਲ ਅਸੀਂ ਮੌਜੂਦ ਹੈ। ਲੈਲਾ ਕਮਾਲ ਕਰ ਰਹੀ ਹੈ ਤੇ ਲੈਲਾ ਖੂਬਸੂਰਤ ਵੀ ਲੱਗ ਰਹੀ ਹੈ, ਵਾਕਈ ਬਹੁਤ ਖੂਬਸੂਰਤ। ਥੈਂਕ ਯੂ ਸੋ ਮਚ। ਮਲੇਰਕੋਟਲੇ ਦਾ ਜਾਦੂ ਹੈ ਜਾਂ ਫਿਰ ਮੂਵੀ ਤੋਂ ਬਾਅਦ ਇਸ ਤਰ੍ਹਾਂ ਬਣ ਕੇ ਆਉਣਾ ਪੈਂਦਾ? ਨਹੀਂ, ਮੈਂ ਨੈਚੁਰਲੀ ਬਹੁਤ ਸੋਹਣੀ ਹਾਂ। ਸੋ ਹਾਂ, ਆਫਕੋਰਸ ਤੁਹਾਨੂੰ ਆਪਣੇ ਕੈਰੈਕਟਰ ਦੇ ਅਕੋਰਡਿੰਗਲੀ ਉਹਨਾਂ ਬਾਲ ਬਣਾਉਣੇ ਪੈਂਦੇ ਆ, ਉੱਦਾਂ ਦੇ ਕੱਪੜੇ ਪਾਉਣੇ ਪੈਂਦੇ ਆ, ਅਤੇ ਉੱਦਾਂ ਦਾ ਮੇਰਾ ਕੈਰੈਕਟਰ ਇੱਦਾਂ ਦਾ ਹੈ। ਸੋ ਜਿੱਦਾਂ ਦੀ ਮੇਰੀ ਲੁੱਕ ਵੇਖ ਰਹੇ ਹੋ ਤੁਸੀਂ। ਲੈਲਾ ਤਾਂ ਬਹੁਤ ਖਰਚੀਲੀ ਲੱਗ ਰਹੀ ਹੈ, ਮਤਲਬ ਤੁਹਾਡੇ ਵਰਗੀ ਵੋਟੀ ਜੇ ਕਿਸੇ ਨੇ ਰੱਖਣੀ ਹੋਵੇ ਤਾਂ ਮੰਨ ਲਓ ਬੰਦੇ ਦਾ ਗਿਆ ਕਰੋੜ ਇੱਕ ਸਾਲ ਦਾ। ਇੰਨਾ ਕਿਉਂ ਡਰ ਰਹੇ ਹੋ? ਆਈ ਮੀਨ ਡਰਨਾ ਤਾਂ ਵਾਜਿਬ ਹੈ ਨਾ। ਵਾਜਿਬ ਹੈ, ਲੇਕਿਨ ਫਿਰ ਤਾਂ ਬੰਦਾ ਹੀ ਸੋਚਣਾ ਪੈਣਾ ਉਹਨੂੰ ਕਿ ਜੇ ਮੇਰੇ ਕੋਲ ਤਾਂ ਫਿਰ ਇੰਨਾ ਪੈਸਾ, ਖਰਚੀਲੀ ਕੁੜੀ ਤਾਂ ਹੀ ਕਾਬੂ ਆਊ। ਨਹੀਂ ਜੀ, ਕੀ ਸੋਚ ਕੇ ਵਿਆਹ ਕਰਿਆ ਜੇ ਕੰਜੂਸ ਮੁੰਡਾ ਲੱਗ ਰਿਹਾ ਸੀ? ਕੁੜੀਆਂ ਹੁੰਦੀਆਂ ਦਿਲ ਤੋਂ ਪੈਦਲ, ਹੈ ਨਾ। ਹਾਂ, ਇੱਕ ਮੁੰਡਾ ਮਿਲਿਆ ਜਿਹਨੇ ਕੁੜੀਆਂ ਕਹਿੰਦੇ ਸੋਹਣੀਆਂ ਕੁੜੀਆਂ ਵੈਸੇ ਥੋੜ੍ਹੀਆਂ ਜਿਹੀਆਂ ਬੇਵਕੂਫ ਹੁੰਦੀਆਂ ਨੇ, ਸੁਣਨ 'ਚ ਇੱਕ ਕਹਾਵਤ ਵੀ ਹੈ। ਅਤੇ ਮੇਰਾ ਜੋ ਕਿਰਦਾਰ ਹੈ ਨਾ ਉਹ ਇੱਦਾਂ ਦਾ ਹੈ ਕਿ ਮੁੰਡਾ ਪਿਆਰ ਕਰਦਾ ਹੈ, ਪਾਗਲ ਹੈ, ਪਰ ਉਹਨੂੰ ਕੋਈ ਇੰਨੀ ਜਿਹੀ ਗੱਲ ਕਹਿ ਦੇ ਨਾ ਕਿ ਬੇਬੀ ਅਭੀ ਕੱਲ੍ਹ ਤੋਂ ਲਿਆ ਥਾ, ਕੱਲ੍ਹ ਤੋਂ ਇਹ ਕੀਆ ਥਾ, ਨਿਕਲ ਇੱਥੋਂ, ਉਹ ਕੁੜੀ ਹੈ। ਸੋ ਇਹਨੂੰ ਜਦੋਂ ਪਤਾ ਚੱਲਦਾ ਕਿ ਰਿਤਿਕ ਸਿੰਗਲਾ ਇਹਨਾਂ ਦਾ ਨਾਮ ਹੈ, ਰਾਜੀਵ ਜੀ ਦਾ, ਮੇਰਾ ਨਾਮ ਬੁਲਬੁਲ ਹੈ ਇਸ ਫਿਲਮ ਦੇ ਵਿੱਚ, ਇਹਨੂੰ ਪਤਾ ਚੱਲਦਾ ਕਿ ਅੱਛਾ ਇਹ ਕੁੜੀ ਇੱਦਾਂ ਦੀ, ਇਹਨੂੰ ਕਿਵੇਂ ਬੇਵਕੂਫ ਬਣਾ ਸਕਦੇ ਹਾਂ, ਅੱਛਾ ਇਹ ਖਰਚੀਲੀ ਹੈ ਅਤੇ ਇਹਨੂੰ ਕਿਵੇਂ ਗੱਲਾਂ 'ਚ ਰੁਝਾ ਸਕਦੇ ਹਾਂ, ਕਿਉਂਕਿ ਇਹ ਸਾਡੀ ਫਿਲਮ ਦਾ ਕੰਸੈਪਟ ਹੈ, ਤੁਹਾਨੂੰ ਸਿਨੇਮਾ ਘਰਾਂ ਜਾ ਕੇ ਪਤਾ ਚੱਲੇਗਾ, ਜ਼ਿਆਦਾ ਦੱਸ ਨਹੀਂ ਸਕਦੇ। ਬੁਲਬੁਲ ਨੇ ਸਿੰਗਲੇ ਦੇ ਬੁਲਬੁਲੇ ਕੱਢਤੇ, ਕਹਿਣ ਦਾ ਮਤਲਬ ਵਿਆਹ ਤੋਂ ਬਾਅਦ, ਵਿਆਹ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਰੱਜ ਕੇ ਬੇਵਕੂਫ ਬਣਾਇਆ ਔਰ ਮੇਰੇ ਵਰਗੀ ਕੁੜੀ ਨੂੰ ਕਿ ਤੁਸੀਂ ਯਾਰ ਡੇਢ 'ਤੇ ਬੰਦਾ ਲੈ ਕੇ ਗਿਆ ਘਰੋਂ ਟਿਫਨ ਤਿਆਰ ਕਰਕੇ ਜਿਹਦੇ ਵਿੱਚ ਦਾਲ ਹੈ, ਪਰੌਂਠੇ ਹੈ, ਰੋਟੀਆਂ ਹੈ, ਡੇਢ 'ਤੇ। ਔਰ ਮੈਂ ਕਿਹਾ ਮੈਂ ਮੈਰੀਅਟ ਜਾਣਾ, ਮੈਂ ਉੱਥੇ ਜਾ ਕੇ ਲੰਚ ਕਰਨਾ, JW ਮੈਰੀਅਟ, ਮੈਨੂੰ ਗਾਰਡਨ ਦੇ ਵਿੱਚ ਬਿਠਾ ਲੈਂਦੇ, ਉੱਥੋਂ ਡੱਬਾ, ਰੋਟੀਆਂ, ਇਹ ਵੋ। ਫਿਰ ਸਡਨਲੀ ਕਹਿੰਦਾ ਠੀਕ ਹੈ ਮੈਂ ਤੈਨੂੰ ਲੈ ਕੇ ਜਾਂਦਾ ਮੈਰੀਅਟ, ਰਸਤੇ ਦੇ ਵਿੱਚ ਇੱਕ ਠੇਲਾ ਦਿਖ ਜਾਂਦਾ, ਉੱਥੇ ਗੋਲ ਗੱਪੇ, ਮੈਨੂੰ ਫਿਰ ਬੇਵਕੂ ਬਣਾ ਦਿੰਦਾ ਜਾਂਦੀ ਜਾਂਦੀ ਨੂੰ, ਤੂੰ ਗੋਲ ਗੱਪੇ ਖਾਂਦੀ ਹੈ? ਮੈਂ ਕਿਹਾ ਮੈਂ ਬਹੁਤ ਖਾਂਦੀ ਹਾਂ। ਕਹਿੰਦਾ ਮੇਰੇ ਨਾਲੋਂ ਜ਼ਿਆਦਾ ਨਹੀਂ ਖਾ ਸਕਦੀ। ਮੈਂ ਕਿਹਾ ਉਹ ਕਿੱਦਾਂ? ਕਹਿੰਦਾ ਲਾਣੀ ਸ਼ਰਤ ਫਿਰ। ਮੈਂ ਕਿਹਾ ਮੈਨੂੰ ਚੈਲੰਜ, ਬੁਲਬੁਲ ਨੂੰ ਚੈਲੰਜ, ਹੋ ਜੇ ਮੁਕਾਬਲਾ। ਹੁਣ ਉਹ ਮੈਨੂੰ ਇੰਨੇ ਕੁ ਗੋਲ ਗੱਪੇ ਖਵਾ ਦਿੰਦਾ ਨਾ ਰੇੜੀ 'ਤੇ ਕਿ ਮੈਂ JW ਮੈਰਿਟ ਜਾਣ ਦਾ ਨਾਂ ਹੀ ਨਾ ਲਵਾਂ, ਢਿੱਡ ਭਰਾ ਦਿੰਦਾ, ਗੋਲ ਗੱਪੇ ਭਰਾ ਦਿੰਦਾ। ਵੈਰੀ ਬੈਡ। ਸੋ ਇਹ ਸਾਡੀ ਫਿਲਮ ਦੀਆਂ ਛੋਟੀਆਂ ਛੋਟੀਆਂ ਖੂਬਸੂਰਤ ਝਲਕੀਆਂ ਨੇ, ਜੋ ਗੱਲਾਂ ਨੇ ਮੈਂ ਤੁਹਾਨੂੰ ਦੱਸ ਰਹੀ ਹਾਂ। ਸੋ ਇੱਦਾਂ ਬੇਵਕੂਫ ਬਣਾ ਕੇ, ਪਰ ਉਹਨੂੰ, ਕੁੜੀ ਨੂੰ ਪਿਆਰ ਹੁੰਦਾ ਮੁੰਡੇ ਨਾਲ, ਪਿਆਰ ਤਾਂ ਉਹ ਕਰਦੀ ਹੈ, ਉਹ ਤਾਂ ਉਹਦੇ ਇੱਕ ਡ੍ਰੀਮਸ ਨੇ ਕਿ ਮੇਰਾ ਹਸਬੈਂਡ, ਉਹਨੂੰ ਇਹ ਲੱਗਦਾ ਮਿੱਠਾ ਨਹਿਰ ਸਵੀਟ ਸ਼ੋਪ ਦਾ ਓਨਰ ਹੈ, ਉਹਦੇ ਕੋਲ ਪੈਸੇ ਹੋਣਗੇ, ਉਹ ਮੈਨੂੰ ਘੁਮਾਏਗਾ, ਫਰਾਏਗਾ, ਮੇਰੇ ਡ੍ਰੀਮਸ ਨੇ ਉਹ ਪੂਰੇ ਕਰੇਗਾ। ਇਹਦੇ 'ਚ ਤੁਹਾਡੀ ਅੰਗੇਜ ਮੈਰਿਜ ਹੁੰਦੀ ਹੈ ਜਾਂ ਫਿਰ ਲਵ ਮੈਰਿਜ ਹੁੰਦੀ ਹੈ? ਤੁਸੀਂ ਸੈੱਟ ਕਿਵੇਂ ਹੋ ਜਾਂਦੇ ਹੋ ਇੱਕ ਕੰਜੂਸ 'ਤੇ? ਇੱਕ ਪਹਿਲਾਂ ਨਹੀਂ ਨਾ ਪਤਾ ਚੱਲਦਾ ਮੈਨੂੰ ਇਹ ਕੰਜੂਸ ਹੈ, ਮੈਨੂੰ ਇਹ ਲੱਗਦਾ ਕਿਉਂਕਿ ਇਹ ਮੈਨੂੰ ਬੇਵਕੂਫੀ ਇਸ ਤਰ੍ਹਾਂ ਬਣਾਉਂਦਾ, ਜਿਵੇਂ ਮੈਂ ਕਹਿਤਾ ਮੈਂ ਮੈਰਿਟ ਜਾਣਾ ਹੈ, ਟਿਫਨ ਲਿਆਇਆ ਸੀਗਾ, ਕਹਿੰਦਾ ਚੱਲ ਚੱਲੀਏ ਮੈਂ ਲੈ ਕੇ ਜਾਣਾ, ਤੂੰ ਗੁੱਸੇ ਨਾ ਹੋ। ਹੁਣ ਅਸੀਂ ਜਾ ਰਹੇ ਹਾਂ, ਰਸਤੇ 'ਚ ਇਹਨੇ ਆਈਡੀਆ ਲਗਾਇਆ ਗੋਲ ਗੱਪੇ ਦਾ, ਮੈਨੂੰ ਥੋੜ੍ਹੀ ਪਤਾ ਇਹਦੇ ਮਾਇੰਡ 'ਚ ਕੀ ਚੱਲ ਰਿਹਾ। ਉਹ ਮੈਨੂੰ ਚੈਲੰਜ ਕਰਤਾ, ਮੇਰੇ ਵਰਗੀ ਕੁੜੀ ਨੂੰ ਜਿਹੜੀ ਕਦੇ ਹਾਰਦੀ ਨਹੀਂ ਹੈ, ਚੈਲੰਜ ਤੋਂ ਘਬਰਾਉਂਦੀ ਨਹੀਂ ਹੈ, ਉੱਥੇ ਮੈਂ ਬੇਵਕੂਫ ਬਣ ਗਈ। ਫਿਰ ਮੈਂ ਕਿਹਾ, ਕਹਿੰਦਾ ਮੈਰਿਟ ਨਹੀਂ ਜਾਣਾ? ਮੈਂ ਕਿਹਾ ਨਹੀਂ ਨਹੀਂ, ਢਿੱਡ ਭਰ ਗਿਆ, ਹੁਣ ਤੂੰ ਪਾਗਲ ਹੈ, ਆਪਾਂ ਮੈਰਿਟ ਚੱਲਾਂਗੇ ਕਿਸੇ ਹੋਰ ਦਿਨ। ਤੁਹਾਡਾ ਸਿੰਗਲਾ ਨਾ ਸੁਣ ਲਿਆ, ਮੈਂ ਆਰਾਮ ਨਾਲ ਇੱਕ ਕੁਐਸਚਨ ਪੁੱਛਦਾ, ਸਿੰਗਲੇ ਦੇ ਮਾਪਿਆਂ ਨੂੰ ਨਹੀਂ ਕਿਹਾ ਜਾਂ ਬੰਦੇ ਦਾ ਪੁੱਤ ਕਿਵੇਂ ਬਣਾਇਆ? ਇਹ ਤੁਹਾਨੂੰ ਫਿਲਮ ਵੇਖਣੀ ਪੈਣੀ ਹੈ। ਪੁੱਤ ਬੰਦੇ ਦਾ ਕਿਵੇਂ ਬਣਾਇਆ, ਇਹਦੇ ਲਈ ਤੁਹਾਨੂੰ 13 ਨੂੰ ਜਾਣਾ ਪੈਣਾ ਸਿਨੇਮਾ ਘਰਾਂ 'ਚ, ਵੇਖਣੀ ਪੈਣੀ ਹੈ। ਤਲਾਕ ਕਿਉਂ ਮੰਗ ਰਹੇ ਸੀ ਤੁਸੀਂ? ਇੰਨੀ ਪਿਆਰੀ ਜੋੜੀ ਸੀ ਤੁਹਾਡੀ, ਫਿਰ ਵੀ ਤਲਾਕ? ਤੁਸੀਂ ਯਕੀਨ ਨਹੀਂ ਕਰੋਗੇ, ਹਨੀਮੂਨ 'ਤੇ ਲੈ ਕੇ ਜਾਂਦਾ ਬੱਸ ਦੇ ਵਿੱਚ, ਤੁਸੀਂ ਟ੍ਰੇਲਰ 'ਚ ਦੇਖਿਆ,
ਜਿਹਦੇ ਜਹਾਜ਼ਾਂ ਦੇ ਸੁਪਨੇ ਹੁੰਦੇ ਆ ਮੇਰਾ ਤਾਂ ਹਸਬੈਂਡ ਇੱਥੋਂ ਪਲੇਨ 'ਚ ਉਹਦੀ ਐਂਟਰੀ ਹੋਏਗੀ ਆਹ ਹੋਏਗਾ ਡੈਸਟੀਨੇਸ਼ਨ ਵੈਡਿੰਗ ਹੋਏਗੀ ਪਰ ਉਹ ਕੁਛ ਨਹੀਂ ਬਟ ਫਿਰ ਵੀ ਉਹ ਐਡਜਸਟ ਕਰਨ ਦੀ ਕੋਸ਼ਿਸ਼ ਕਰਦੀ ਹੈ ਫਿਰ ਉਹਨੂੰ ਹਨੀਮੂਨ ਮੈਨੂੰ ਕਿਹਾ ਉਦੋਂ ਤੱਕ ਸੁਹਾਗਰਾਤ ਨਹੀਂ ਹੋਣੀ ਜਦੋਂ ਤੱਕ ਹਨੀਮੂਨ 'ਤੇ ਨਹੀਂ ਲੈ ਕੇ ਜਾਏਗਾ ਹੁਣ ਉਹ ਸੁਹਾਗਰਾਤ ਦੇ ਚੱਕਰ 'ਚ ਮੈਨੂੰ ਹਨੀਮੂਨ 'ਤੇ ਲੈ ਕੇ ਜਾਂਦਾ ਹੁਣ ਹਨੀਮੂਨ 'ਚ ਵੀ ਕੰਜੂਸੀ ਹੈ ਬੱਸ ਦੇ ਵਿੱਚ ਲੈ ਕੇ ਜਾ ਰਿਹਾ ਮੈਨੂੰ ਉਲਟੀਆਂ ਲੱਗ ਰਹੀਆਂ ਤੁਸੀਂ ਟ੍ਰੇਲਰ ਦੇ ਵਿੱਚ ਵੇਖ ਰਹੇ ਹੋ ਫਿਰ ਉੱਥੇ ਜਾ ਕੇ ਜੋ ਤਮਾਸ਼ਾ ਹੁੰਦਾ ਔਰ ਹੋਟਲ ਇੱਦਾਂ ਦਾ ਕਰਦਾ ਹੈ ਮੈਂ ਦੱਸ ਨਹੀਂ ਸਕਦੀ ਸਸਤੇ ਤੋਂ ਸਸਤਾ ਜਿੱਥੇ ਪੁਲਿਸ ਆ ਜਾਵੇ ਇੱਕ ਤਾਂ ਉਹ ਵੀ ਹਿੰਦੁਸਤਾਨੀ ਟੋਇਲਟ ਵਾਲਾ ਵੀ ਸੀਨ ਦੇਖਿਆ ਮੈਂ ਟ੍ਰੇਲਰ ਦੇ ਵਿੱਚ ਮਤਲਬ ਖਾਂਦਾ ਸੀ ਖਾਂਦਾ ਨਹੀਂ ਕੰਜੂਸ ਹੈ ਜਾਂ ਫਿਰ ਸਿਸਟਮ ਹੀ ਇਹਨਾਂ ਨੇ ਇੱਦਾਂ ਬਣਾਇਆ ਪਿਆ ਖਾਂਦਾ ਨਹੀਂ ਕੰਜੂਸ ਖਾਂਦਾ ਨਹੀਂ ਕੰਜੂਸ ਪਰ ਉਹਦੇ ਵਿੱਚ ਇਹ ਕੰਜੂਸੀ ਕਿਉਂ ਕਰਦੇ ਨੇ ਉਹਦਾ ਇੱਕ ਬਹੁਤ ਸੋਹਣਾ ਮੈਸੇਜ ਹੈ ਬਹੁਤ ਵੱਡਾ ਮੈਸੇਜ ਹੈ ਜਿਹੜਾ ਕਿ ਹਰ ਫਿਲਮ ਲਈ ਇੰਪੋਰਟੈਂਟ ਹੁੰਦਾ ਜਿੰਨੀਆਂ ਵੀ ਆਪਾਂ ਵਧੀਆ ਵਧੀਆ ਫਿਲਮਾਂ ਦੇਖਦੇ ਹਾਂ ਜਿਹੜੀਆਂ ਫਿਲਮਾਂ ਹਿੱਟ ਹੁੰਦੀਆਂ ਨੇ ਹਰ ਫਿਲਮ ਦੇ ਵਿੱਚ ਇੱਕ ਸੋਹਣਾ ਮੈਸੇਜ ਹੋਣਾ ਬਹੁਤ ਲਾਜ਼ਮੀ ਹੁੰਦਾ ਸੋ ਸਾਡੇ ਫਿਲਮ ਦੇ ਵਿੱਚ ਉਹ ਮੈਸੇਜ ਬੜਾ ਸੋਹਣਾ ਕਿ ਇੰਨੀ ਕੰਜੂਸੀ ਆਪਣੇ ਆਪ ਨੂੰ ਮਾਰ ਕੇ ਕਿਉਂ ਕਰਦੇ ਨੇ ਉਹ ਤੁਹਾਨੂੰ 13 ਜਨਵਰੀ ਨੂੰ ਪਤਾ ਚੱਲੇਗਾ ਇਹ ਸਕ੍ਰਿਪਟ ਤੁਹਾਨੂੰ ਵਧੀਆ ਲੱਗੀ ਜਾਂ ਫਿਰ ਸਟਾਰਕਾਸਟ ਵਧੀਆ ਹੈ ਕਿਉਂਕਿ ਰਾਜੀਵ ਕਾਮੇਡੀ ਕਿੰਗ ਹੈ ਵਧੀਆ ਇੱਕ ਐਕਟਰ ਹੈ ਥੀਏਟਰ ਤੋਂ ਉੱਠਿਆ ਹੋਇਆ ਕਲਾਕਾਰ ਹੈ ਇਸ ਕਰਕੇ ਤੁਸੀਂ ਵੀ ਥੀਏਟਰ ਤੋਂ ਉੱਠੇ ਹੋਏ ਇੱਕ ਮੰਜੇ ਹੋਏ ਕਲਾਕਾਰ ਹੋ ਸ਼ਾਇਦ ਇਸ ਕਰਕੇ ਸਕ੍ਰਿਪਟ ਮੈਨੂੰ ਅੱਛੀ ਲੱਗੀ ਪਹਿਲਾਂ ਤਾਂ ਕਿਉਂਕਿ ਆਰਟਿਸਟ ਤਾਂ ਚਲੋ ਬਾਅਦ 'ਚ ਫਾਈਨਲ ਹੁੰਦੇ ਨੇ ਇਹ ਤਾਂ ਸੋਨੇ 'ਤੇ ਸੁਹਾਗਾ ਹੁੰਦਾ ਜਦੋਂ ਤੁਸੀਂ ਵਧੀਆ ਵੱਡੇ ਆਰਟਿਸਟਾਂ ਨਾਲ ਕੰਮ ਕਰਦੇ ਹੋ ਰਾਜੀਵ ਜੀ ਬੜਾ ਐਕਸਪੀਰੀਅੰਸ ਹੈ ਮਾਣ ਦੀ ਗੱਲ ਹੈ ਮੈਂ ਉਹਨਾਂ ਨਾਲ ਕੰਮ ਕੀਤਾ ਮੇਰੇ ਲਈ ਅਤੇ ਸਕ੍ਰਿਪਟ ਬੜੀ ਸੋਹਣੀ ਲੱਗੀ ਮੈਨੂੰ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਅਵਤਾਰ ਜੀ ਨਾਲ ਕੰਮ ਕਰਨਾ ਚਾਹੁੰਦੀ ਸੀ ਅਵਤਾਰ ਡਾਇਰੈਕਟਰ ਜਿਨ੍ਹਾਂ ਨੇ ਬਹੁਤ ਸੋਹਣੀਆਂ ਫਿਲਮਾਂ ਕੀਤੀਆਂ ਨੇ ਅੱਜ ਉਹ ਆਉਣਾ ਚਾਹੁੰਦੇ ਸੀਗੇ ਬਟ ਉਹ ਲੰਡਨ 'ਚ ਸ਼ੂਟਿੰਗ ਕਰ ਰਹੇ ਨੇ ਆਪਣੀ ਦੂਸਰੀ ਫਿਲਮ ਦੀ ਉਹ ਆ ਨਹੀਂ ਸਕੇ ਅਤੇ ਉਹਨਾਂ ਨੇ ਜਦੋਂ ਮੈਨੂੰ ਕੋਨਸੈਪਟ ਸੁਣਾਇਆ ਮੈਂ ਕਿਹਾ ਸਰ ਮੈਂ ਜੀ ਤੁਹਾਡੇ ਨਾਲ ਹੈ ਮੈਂ ਕੰਮ ਕਰਨਾ ਚਾਹੁੰਦੀ ਹਾਂ ਹੈ ਨਾ ਸੋ ਫਿਰ ਬਸ ਸਾਡੇ ਪ੍ਰੋਡਿਊਸਰ ਸਾਹਿਬ ਉਹਨਾਂ ਨੂੰ ਮੈਂ ਪਹਿਲਾਂ ਵੀ ਮਿਲੀ ਸੀਗੀ ਕਾਫੀ ਆਡੀਸ਼ਨ ਵੀ ਹੋਏ ਮੇਰੇ ਇਸ ਫਿਲਮ ਨੂੰ ਲੈ ਕੇ ਅਤੇ ਫਿਰ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ ਅੱਛਾ ਜਿਹੜੇ ਆਸ਼ਕ ਦੇਖ ਰਹੇ ਹਾਂ ਸਾਨੂੰ ਉਹਨਾਂ ਨੂੰ ਕੀ ਮੈਸੇਜ ਆ ਅਖੀਰ ਦੇ ਵਿੱਚ ਮਤਲਬ ਸਸਤੀ ਆਸ਼ਕੀ ਨਹੀਂ ਰਹੀ ਆ ਜੇ ਮਸ਼ੂਕ ਵਧੀਆ ਪਟਾਣੀ ਹੈ ਜੇ ਵਿਆਹ ਵਧੀਆ ਕੁੜੀ ਨਾਲ ਕਰਨਾ ਤਾਂ ਖਰਚਿਆਂ ਲਈ ਤਿਆਰ ਰਹੋ ਭਰਾਵੋ ਨਹੀਂ ਦੇਖੋ ਬੇਸਿਕ ਖਰਚੇ ਤਾਂ ਬਣਦੇ ਨੇ ਯਾਰ ਉਹ ਹਰ ਕੁੜੀ ਮਤਲਬ ਮੈਂ ਕੋਈ ਇਹ ਨਹੀਂ ਹੈ ਕਿ ਮੈਂ ਉਹਨੂੰ ਹਰ ਚੀਜ਼ 'ਤੇ ਕਹਿੰਦੀ ਹਾਂ ਕਿ ਮੈਨੂੰ ਪਾਣੀ ਦੀ ਜਗ੍ਹਾ ਜੂਸ ਦੇ ਉਹ ਕੁੜੀ ਨਹੀਂ ਹੈ ਉਹ ਪਰ ਹਰ ਕੁੜੀ ਦੇ ਡ੍ਰੀਮਸ ਹੁੰਦੇ ਨੇ ਜਦੋਂ ਉਹ ਕੁੜੀ ਨਾਲ ਚੀਟ ਹੁੰਦਾ ਉਹ ਖਰਚੀਲੀ ਹੈ ਕਿਸੇ ਦਾ ਸਪਨੇ ਵੇਖਣਾ ਗੁਨਾਹ ਨਹੀਂ ਹੈ ਹਰ ਕੁੜੀ ਦੀ ਖਾਹਿਸ਼ ਹੁੰਦੀ ਹੈ ਕਿ ਯਾਰ ਮੇਰਾ ਹਸਬੈਂਡ ਇੱਦਾਂ ਦਾ ਹੋਵੇ ਹੈ ਨਾ ਮੈਂ ਹਨੀਮੂਨ 'ਤੇ ਉੱਥੇ ਜਾਵਾਂ ਉੱਥੇ ਜਾ ਕੇ ਸਟੋਰੀਜ਼ ਪਾਵਾਂ ਮੈਨੂੰ ਲੋਕ ਵੇਖਣ ਕਿ ਹਾਏ ਮੈਂ ਕਿੱਥੇ ਗਈ ਹਾਂ ਹਨੀਮੂਨ 'ਤੇ ਤਾਂ ਉਹ ਇੱਦਾਂ ਦਾ ਕੈਰੈਕਟਰ ਹੈ ਪਰ ਉਹਨੂੰ ਚੀਟ ਉਹਨੂੰ ਸੁਹਾਗਰਾਤ ਵਾਲੇ ਦਿਨ ਪਤਾ ਚੱਲਦਾ ਹੈ ਕਿ ਮੈਨੂੰ ਤਾਂ ਧੋਖੇ ਨਾਲ ਵਿਆਹਿਆ ਗਿਆ ਮੇਰੇ ਨਾਲ ਧੋਖਾ ਹੋਇਆ ਉਹ ਦੱਸਦੀ ਕੌਣ ਹੈ ਮੇਰੀ ਦਾਦੀ ਦਾਦੀ ਸੱਸ ਨਿਰਮਲ ਰਿਸ਼ੀ ਮੈਮ ਫਿਰ ਅਸੀਂ ਦੋਨੋਂ ਮਿਲ ਕੇ ਜੋ ਇਹਨਾਂ ਦੀ ਬੈਂਡ ਵਜਾਈ ਹੈ ਨਾ ਫਿਲਮ ਦੇ ਵਿੱਚ ਦੋਨਾਂ ਜਾਣੀਆਂ ਨੇ ਤੁਸੀਂ ਯਕੀਨ ਨਹੀਂ ਕਰੋਗੇ ਫਿਰ ਕੀ ਹੋ ਰਿਹਾ ਫਿਲਮ ਦੇ ਵਿੱਚ ਵਧੀਆ ਅਤੇ ਲੈਲਾ ਜਿਹੜੀ ਸੀ ਉਹ ਕਿੰਨੀ ਖਰਚੀਲੀ ਹੈ ਤੁਸੀਂ ਸੁਣੇ ਲਿਆ ਬਾਕੀ ਰਹਿੰਦੀ ਸਹਿੰਦੀ ਕਸਰ ਜਿਹੜੀ ਹੈ ਉਹ ਫਿਰ ਕਿਵੇਂ ਇਹਨਾਂ ਨੇ ਕੱਢੀ ਉਹ ਮੂਵੀ ਦੇ ਹਰੇਕ ਪਾਰਟ ਦੇ ਵਿੱਚ ਸਿਲਸਿਲੇਵਾਰ ਤਰੀਕੇ ਨਾਲ ਤੁਹਾਨੂੰ ਨਜ਼ਰ ਆਏਗਾ ਮੂਵੀ ਦੇਖਿਓ ਲੋਹੜੀ ਵਾਲੇ ਮੌਕੇ ਆ ਰਹੀ ਹੈ ਬਹੁਤ ਵਧੀਆ ਮੂਵੀ ਹੈ ਸਤਿ ਸ਼੍ਰੀ ਅਕਾਲ ਜੀ